ਅਮਾਨੁੱਲਾ ਖਾਨ ਇੱਕ ਹੀ ਹੋਇਆ, ਇੱਕੋ ਹੀ ਹੋਏ ਨੇ ਬੇਸ਼ੱਕ, ਮਸਤਾਨਾ ਸਾਹਿਬ ਇੱਕੋ ਹੀ, ਤਾਰਜੀ ਸਾਹਿਬ ਇੱਕੋ ਹੀ ਨੇ, ਸ਼ੌਕੀ ਖਾਨ ਸਾਹਿਬ ਇੱਕੋ ਹੀ ਨੇ, ਆਬਦ ਖਾਨ ਸਾਹਿਬ ਇੱਕੋ। ਮਸਤਾਨਾ ਸਾਹਿਬ ਕਹਿੰਦਾ ਮੈਨੂੰ ਨਾਰਾਜ਼ ਹੋ ਗਏ ਲਾਹੌਰ ਨਾ ਆਉਣ ਤੋਂ, ਇੱਕ ਬੱਚਾ ਕੌੜੀ ਦਵਾਈ ਨਹੀਂ ਖਾਂਦਾ ਅਤੇ ਤੁਸੀਂ ਹਲਕੇ ਜੀ ਚੀਨੀ ਲਾ ਕੇ ਉਹਨੂੰ ਖਵਾ ਦਿਓ, ਖਾ ਲਏਗਾ, ਅਸੀਂ ਹੁੰਦੇ ਹਾਂ ਅਤੇ ਤੁਸੀਂ ਹੁੰਦੇ ਹਾਂ, ਠੀਕ ਹੈ। ਤਾਂ ਥੀਏਟਰ ਇਸ ਕਾਬਿਲ ਹੋਣਾ ਚਾਹੀਦਾ ਕਿ ਉਹ ਮਜਬੂਰਨ ਉਹਨਾਂ ਨੂੰ ਬੰਦ ਨਾ ਕਰਨਾ ਪਵੇ। ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਨਈਮ ਸ਼ੌਕੀ ਅਤੇ ਨਵੇਂ ਵੀਡੀਓ ਦੇ ਨਾਲ ਹਾਜ਼ਰ ਹਾਂ। ਅੱਜ ਜਿਹੜੇ ਮੇਰੇ ਨਾਲ ਨੇ ਮੇਰੇ ਉਸਤਾਦ, ਮੇਰੇ ਟੀਚਰ, ਪਾਕਿਸਤਾਨ ਦੇ ਸੁਪਰ ਸਟਾਰ ਟੀ ਵੀ, ਫਿਲਮ, ਸਟੇਜ ਦੇ ਸਰਦਾਰ ਕਮਾਲ ਸਾਹਿਬ, ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਜੀ। ਅਸਲਾਮ ਵਾਲੇਕੁਮ ਭਾਈ ਜੀ। ਵਾਲੇਕੁਮ ਸਲਾਮ ਜੀ। ਅਸਲਾਮ ਵਾਲੇਕੁਮ ਨਾਜ਼ਰੀਨ, ਬੜੀ ਬੜੀ ਖੁਸ਼ਕਿਸਮਤੀ ਹੈ ਕਿ ਅੱਜ ਨਈਮ ਸ਼ੌਕੀ ਸਾਹਿਬ ਦੇ ਚੈਨਲ ਉੱਤੇ ਮੈਨੂੰ ਵੀ ਮੌਕਾ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ। ਅੱਜ ਬੜੇ ਦਿਨਾਂ ਬਾਅਦ ਨਈਮ ਸ਼ੌਕੀ ਸਾਹਿਬ ਨਾਲ ਮੁਲਾਕਾਤ ਹੋਈ ਹੈ ਤੁਹਾਡੇ ਨਾਲ, ਅਤੇ ਆਪਣੇ ਚੈਨਲ ਦੇ ਥਰੂ ਗੱਲਬਾਤ ਕਰਦੇ ਰਹਿੰਦੇ ਨੇ, ਅੱਜ ਫਿਰ ਸਾਡੀ ਆਪਸ 'ਚ ਗੱਲ ਹੋਈ। ਇਹ ਖੁਸ਼ ਨਸੀਬੀ ਵੀ ਮੇਰੀ, ਔਰ ਬਹੁਤ ਸ਼ੁਕਰੀਆ ਸਰਦਾਰ ਸਾਹਿਬ ਤੁਸੀਂ ਟਾਈਮ ਦਿੱਤਾ ਜੀ। ਤੁਹਾਡੇ ਹੱਕ ਹੈ ਸਰ ਟਾਈਮ ਲੈਣਾ, ਤੁਸੀਂ ਕਿਹੜੀ ਗੱਲ ਹੈ। ਅਤੇ ਉਸਤਾਦ ਜੀ, ਕੈਸਾ ਚੱਲ ਰਿਹਾ ਡਰਾਮਾ ਅੱਜ ਕੱਲ੍ਹ? ਅਲਹਮਦੁਲਿਲਾ ਠੀਕ ਹੈ। ਤੁਸੀਂ ਥੀਏਟਰ ਬਣਾਇਆ ਜਿਹੜਾ ਵਾੜਾ ਗੁਜਰਾ, ਕਮਾਲ ਥੀਏਟਰ ਜੀ ਜੀ, ਉੱਥੇ ਮੈਂ ਵੀ ਤੁਹਾਡੇ ਨਾਲ ਡਰਾਮਾ ਕਰ ਰਿਹਾ, ਬੜਾ ਖੂਬਸੂਰਤ ਔਰ ਵਧੀਆ ਪਲੇ ਹੋ ਰਿਹਾ, ਤੁਹਾਡੀ ਡਾਇਰੈਕਸ਼ਨ 'ਚ ਕੰਮ ਕਰਨ ਦਾ ਬਹੁਤ ਮਜ਼ਾ ਆਉਂਦਾ ਜੀ। ਬਸ ਕੋਸ਼ਿਸ਼ ਕਰ ਰਹੇ ਕਿ ਅੱਛਾ ਐਂਟਰਟੇਨਮੈਂਟ ਜਿਹੜੀ ਹੋਣੀ ਚਾਹੀਦੀ ਹੈ ਅੱਛੀ, ਔਰ ਮੈਨੂੰ ਖੁਸ਼ੀ ਇਸ ਗੱਲ ਦੀ ਕਿ ਵਾੜਾ ਗੁਜਰਾ ਕਹਿੰਦੇ ਇੰਟਰਚੇਂਜ ਦੇ ਕੋਲ ਜਿਹੜਾ ਅਸੀਂ ਥੀਏਟਰ ਬਣਾਇਆ, ਇਕਬਾਲ ਥੀਏਟਰ ਜੀ ਜੀ, ਇੱਥੇ ਫੈਮਿਲੀਜ਼ ਆ ਰਹੀਆਂ। ਹਾਂ ਜੀ, ਐਸਾ ਹੀ ਹੈ, ਬਿਲਕੁਲ ਐਸਾ ਹੀ ਹੈ। ਫੈਮਿਲੀ ਦਾ ਇੱਥੇ ਆਉਣਾ ਔਰ ਡਰਾਮਾ ਦੇਖਣਾ, ਇਹ ਬੜੀ ਮੈਂ ਆਪਣੀ ਸਮਝਣਾ ਕਿ ਅੱਲਾ ਦੀ ਕਰਮ ਨਵਾਜ਼ੀ ਹੋਈ, ਅਤੇ ਡਰਾਮਾ ਸਾਨੂੰ ਕਰਨਾ ਚਾਹੀਦਾ ਕਿ ਜਿਹੜਾ ਫੈਮਿਲੀ ਦੇ ਨਾਲ ਵੀ ਵੇਖਿਆ ਜਾਵੇ ਔਰ ਅੱਛਾ ਕੰਮ ਅਸੀਂ ਕਰ ਸਕੀਏ। ਵਾਹ, ਅਤੇ ਬਾਕੀ ਕੋਸ਼ਿਸ਼ ਲੱਗੇ ਇਨਸ਼ਾਅੱਲਾ। ਉਸਤਾਦ ਜੀ, ਤੁਹਾਡਾ ਜਿਹੜਾ ਇੱਕ ਨਾਂ ਹੈ ਕਿ ਅਗਰ ਵੀਡੀਓ 'ਤੇ ਵੀ ਪਲੇ ਚੱਲ ਰਿਹਾ ਕਿ ਸਰਦਾਰ ਕਮਾਲ ਸਾਹਿਬ ਦਾ ਨਾਂ ਹੈਗਾ, ਅਤੇ ਮੇਰਾ ਖਿਆਲ ਫੈਮਿਲੀ ਨੂੰ ਬੰਦ ਨਹੀਂ ਕਰੇਗੀ, ਤੁਸੀਂ ਕੰਮ ਹੀ ਜ਼ਿੰਦਗੀ 'ਚ ਐਸਾ ਵਧੀਆ ਕੀਤਾ। ਅੱਛਾ, ਮੈਂ ਚਾਹ ਕਿ ਮੇਰੇ ਨਾਂ ਦੀ ਵਜ੍ਹਾ ਨਾਲ ਬੰਦ ਕਰਨ, ਕਿਸੇ ਵੀ ਫਨਕਾਰ ਦੇ ਨਾਂ ਦੀ ਵਜ੍ਹਾ ਨਾਲ ਡਰਾਮਾ ਨਹੀਂ ਬੰਦ ਹੋਣਾ ਚਾਹੀਦਾ, ਡਰਾਮਾ ਚੱਲਣਾ ਚਾਹੀਦਾ, ਕਿਉਂਕਿ ਸਾਡੀ ਜਿਹੜੀ ਬੱਚੀਆਂ ਨੇ, ਧੀਆਂ ਨੇ, ਭੈਣਾਂ ਨੇ, ਮਾਵਾਂ ਨੇ, ਉਹਨਾਂ ਕੋਈ ਵਿਚਾਰੀ ਉਹ ਘਰੋਂ ਨਿਕਲ ਲਈ ਨਾ, ਕੋਈ ਮੌਕਾ ਨਹੀਂ ਹੈਗਾ, ਕੋਈ ਐਂਟਰਟੇਨਮੈਂਟ ਹੀ ਨਹੀਂ ਹੈਗੀ ਕਿਧਰੇ ਜਾ ਸਕਣ ਜਾਂ ਆ ਸਕਣ, ਠੀਕ ਹੈ। ਅਗਰ ਉਹ ਘਰ ਬਹਿ ਕੇ ਕੋਈ ਥੀਏਟਰ ਵੇਖ ਲੈਂਦਾ ਤਾਂ ਥੀਏਟਰ ਇਸ ਕਾਬਿਲ ਹੋਣਾ ਚਾਹੀਦਾ ਕਿ ਉਹ ਮਜਬੂਰਨ ਉਹਨਾਂ ਨੂੰ ਬੰਦ ਨਾ ਕਰਨਾ ਪਵੇ, ਉਹ ਕਹਿਣਗੇ ਅੱਛਾ ਹੈਗਾ, ਵਾਹ ਵੇਖ ਤਾਂ ਲਈਏ ਅਸੀਂ, ਠੀਕ ਹੈ ਜੀ। ਉਹੋ ਜਿਹਾ ਸਾਰੇ ਫਨਕਾਰਾਂ ਨੂੰ ਕੰਮ ਕਰਨਾ ਚਾਹੀਦਾ। ਵਾਹ। ਅੱਛਾ ਉਸਤਾਦ ਜੀ, ਹੁੰਦਾ ਹੈ ਕਿ ਫਨਕਾਰ ਕਈ ਕਹਿੰਦੇ ਨੇ ਯਾਰ ਮੈਂ ਇਸ ਕੰਮ 'ਚ ਆਇਆ ਤਾਂ ਕਾਰ ਬਣ ਗਿਆ, ਮੈਂ ਡਾਕਟਰ ਬਣ ਰਿਹਾ ਸਾਂ, ਕੋਈ ਕਹਿੰਦਾ ਯਾਰ ਮੈਂ ਇੰਜੀਨੀਅਰ ਬਣ ਰਿਹਾ ਸਾਂ, ਆਪਣੀ ਜ਼ਿੰਦਗੀ 'ਚ ਕੋਈ ਐਸਾ ਆਇਆ ਸੀ ਕੰਮ? ਨਹੀਂ ਨਹੀਂ ਸਾਹਿਬ, ਮੈਂ ਬਲਕਿ ਜਿੰਨੇ ਵੀ ਕੰਮ ਕੀਤੇ ਨੇ ਨਾ ਜ਼ਿੰਦਗੀ 'ਚ, ਇਸ ਕੰਮ 'ਚ ਆਉਣ ਲਈ ਕੀਤੇ ਨੇ ਕਿ ਮੈਂ ਫਨਕਾਰ ਬਣਨਾ, ਠੀਕ ਹੈ। ਕੋਸ਼ਿਸ਼ ਕਰ ਰਿਹਾ ਸਾਂ, ਉਹ ਕੋਸ਼ਿਸ਼ ਅੱਜ ਵੀ ਮੇਰੀ ਜਾਰੀ ਕਿ ਕਿਧਰੇ ਕੁਛ ਬਣ ਜਾਈਏ, ਕੋਈ ਫਨਕਾਰ ਤਾਂ ਨਹੀਂ ਬਸ ਲੱਗੇ ਹੋਏ ਆ, ਕਿ ਇਹ ਬਹੁਤ ਦੂਰ ਦਾ ਕੰਮ ਹੈ, ਬਹੁਤ ਮੁਸ਼ਕਲ ਕੰਮ ਹੈ, ਇਹ ਰੋਜ਼ ਕੰਮ ਨਵਾਂ ਹੈ। ਬਿਲਕੁਲ ਸਹੀ ਕਹਿ ਰਹੇ, ਬਿਲਕੁਲ ਤੁਸੀਂ ਰਾਤੀ ਸ਼ੋਅ ਕਰਕੇ ਕੋਈ ਅਗਲੇ ਦਿਨ ਤੁਸੀਂ ਆਓਗੇ, ਅੱਗੋਂ ਤੁਹਾਡੇ ਲਈ ਸ਼ੋਅ ਨਵਾਂ ਹੈ, ਪਬਲਿਕ ਨਵੀਂ ਹੈ, ਨਵਾਂ ਕੰਮ ਹੈ, ਠੀਕ ਹੈ ਜੀ। ਇਹ ਦੁਬਾਰਾ ਨਵਾਂ ਖਲੋਤਾ ਹੁੰਦਾ, ਅਤੇ ਇਹਨੂੰ ਰੋਜ਼ ਨਵਾਂ ਕਰਨਾ ਪੈਂਦਾ, ਅਤੇ ਉਹ ਇਸ ਲਈ ਕੋਸ਼ਿਸ਼ ਹੀ ਜਾਰੀ ਰੱਖਣੀ ਚਾਹੀਦੀ। ਇਹਦੇ 'ਚ ਕਿਨਾਰਾ ਕੋਈ ਨਹੀਂ ਹੈਗਾ, ਇਹਦੇ 'ਚ ਇਹ ਨਹੀਂ ਕਿ ਮੈਂ ਕਰ ਲਿਆ ਮੈਂ ਜਿੱਤ ਗਿਆ, ਵਾਹ ਇਸ ਕੰਮ ਦੀ ਜਿੱਤ ਕੋਈ ਨਹੀਂ। ਵਾਹ ਵਾਹ ਵਾਹ। ਅੱਛਾ ਉਸਤਾਦ ਜੀ, ਜਦੋਂ ਤੁਸੀਂ ਫੈਸਲਾਬਾਦ ਤੋਂ ਤਸ਼ਰੀਫ ਲਾਹੌਰ ਲਿਆਏ, ਅਤੇ ਅੱਗੇ ਬੜੇ ਬੜੇ ਵੱਡੇ ਫਨਕਾਰ ਸਨ, ਅਮਾਨੁੱਲਾ ਸਾਹਿਬ, ਸ਼ੌਕੀ ਖਾਨ ਸਾਹਿਬ, ਬੱਬੂ ਸਾਹਿਬ, ਸੁਹੇਲ ਅਹਿਮਦ ਸਾਹਿਬ, ਅਤੇ ਇਹਨਾਂ ਫਨਕਾਰਾਂ 'ਚੋਂ ਨਿਕਲ ਕੇ ਐਡਾ ਵੱਡਾ ਨਾਂ ਬਣਾਉਣਾ, ਤਰੱਕੀ ਕਰਨੀ, ਪੈਂਡਾ ਕਾਫੀ ਮੁਸ਼ਕਲ ਨਹੀਂ ਵੈਸੇ? ਅੱਛਾ ਤਸ਼ਰੀਫ ਤਾਂ ਇਸ ਵੇਲੇ ਹੈ, ਮੈਂ ਲਾਹੌਰ ਆਇਆ ਸਾਂ, ਉਹਦੀ ਵਜ੍ਹਾ ਮੇਰੇ ਤੁਸੀਂ ਸੀਨੀਅਰ ਹੋ, ਮੇਰੇ ਲਈ ਤੁਸੀਂ ਤਸ਼ਰੀਫ ਲਿਆ, ਬੜੀ ਮਿਹਰਬਾਨੀ। ਉਹ ਨਹੀਂ ਸਭ ਹੋਇਆ ਜੀ ਕਿ ਮੈਂ ਫੈਸਲਾਬਾਦ ਹੀ ਡਰਾਮਾ ਕਰਨਾ ਹੁੰਦਾ ਸਾਂ, ਹਾਂਜੀ ਹਾਂਜੀ, ਅਤੇ ਇਹ ਜਿੰਨੇ ਸ਼ਖਸੀਅਤਾਂ ਦਾ ਤੁਸੀਂ ਨਾਂ ਲਿਆ, ਮੇਰੇ ਉਸਤਾਦਾਂ 'ਚੋਂ ਨੇ ਸਾਰੇ, ਇਹ ਸਾਰੇ ਲੋਕ ਉੱਥੇ ਡਰਾਮਾ ਕਰਨ ਜਾਂਦੇ ਸਨ ਫੈਸਲਾਬਾਦ, ਹਾਂਜੀ, ਸ਼ੌਕੀ ਖਾਨ ਸਾਹਿਬ,
ਅੱਲਾ ਉਹਨਾਂ ਨੂੰ ਕਰਵਟ ਕਰਵਟ ਜਨਰਲ ਸੀ ਕਰੇ ਆਮੀਨ। ਇਹ ਕਿਉਂਕਿ ਪਹਿਲਾਂ ਜਿਹੜਾ ਮੈਂ ਆਰਟਸ ਕੌਂਸਲ ਦਾ ਡਰਾਮਾ ਮੈਨੂੰ ਮੌਕਾ ਮਿਲਿਆ ਨਾ ਜੀ, ਅਤੇ ਉਹ ਇੰਝ ਕਿ ਇੱਕ ਬੰਦੇ ਨੇ ਮੈਨੂੰ ਧੌਣ ਤੋਂ ਫੜ ਕੇ ਉਹਨੇ ਕਿਹਾ ਕੰਮ ਕਰਨਾ ਡਰਾਮੇ, ਮੈਂ ਕਿਹਾ ਜੀ ਕਰ ਲਾਂਗਾ। ਔਰ ਮੈਨੂੰ ਧੌਣੋਂ ਫੜ ਕੇ ਇੱਕ ਹਾਤਾ ਸੀ ਵੱਡਾ ਸਾਰਾ ਜਿਹੜਾ ਫੈਸਲਾਬਾਦ ਆਰਟਸ ਕੌਂਸਲ ਦਾ ਜੀ ਓਪਨ ਏਅਰ ਥੀਏਟਰ ਹੁੰਦਾ ਸੀ, ਉਹਨੇ ਮੈਨੂੰ ਅੰਦਰ ਕਿਹਾ ਇਹ ਮੁੰਡਾ ਆ ਰਿਹਾ ਜੀ, ਕਹਿੰਦਾ ਕੰਮ ਕਰ ਲਾਂਗਾ, ਟਰਾਈ ਕਰ ਲਓ। ਉਹ ਜੂ ਜੂ ਮੈਂ ਵੱਧ ਰਿਹਾ ਸੀ ਅੱਗੇ, ਅਤੇ ਮੈਨੂੰ ਉਹ ਲੋਕ ਨਜ਼ਰ ਆਉਣੇ ਸ਼ੁਰੂ ਹੋਏ ਨੇ, ਅਤੇ ਉਹਨਾਂ ਵਿੱਚ ਸ਼ੌਕੀ ਖਾਨ ਸਾਹਿਬ ਸਨ, ਵਾਹ, ਉਹਨਾਂ 'ਚ ਮੁਨੱਵਰ ਖਾਨ ਸਾਹਿਬ ਸਨ ਜੀ, ਉਹਨਾਂ ਵਿੱਚ ਅਦਾਕਾਰ ਮਜ਼ਹਰ ਸ਼ਾਹ ਸਾਹਿਬ ਸਨ, ਕਿਆ ਬਾਤ, ਜ਼ਬਰਦ ਖਾਨ ਸਾਹਿਬ ਆ, ਬਿਲਕੁਲ ਉਦੋਂ ਯੰਗ ਅੱਲਾ ਉਹਨਾਂ ਨੂੰ ਜਨ ਸਿਕਰੇ ਆਮੀ, ਠੀਕ ਹੈ ਜੀ। ਅਤੇ ਸ਼ੌਕੀ ਖਾਨ ਸਾਹਿਬ ਨੇ ਮੈਨੂੰ ਕਿਹਾ ਜੀ ਇੱਧਰ ਆ ਗਏ ਡਰਾਮਾ ਕਰ ਲਏਗਾ, ਮੈਂ ਜੀ ਉਦੋਂ ਉਹ ਬੂਮ ਉਹਨਾਂ ਦਾ ਕੇਸਟ ਚੱਲ ਰਿਹਾ ਸੀ, ਜਿੱਥੋਂ ਵੀ ਲੰਘੀ ਦਾ ਦੁਨੀਆ ਇਕੱਠੀ ਹੋ ਕੇ ਉਹਨਾਂ ਦਾ ਕੇਸਟ ਸੁਣ ਰਹੇ ਸਨ, ਵਾਹ, ਸ਼ੌਕੀ ਖਾਨ ਸਾਹਿਬ ਦਾ, ਆਬਦ ਖਾਨ ਸਾਹਿਬ ਦਾ, ਠੀਕ ਹੈ ਜੀ। ਅਤੇ ਉਹ ਹੁਣ ਮੈਨੂੰ ਡਰ ਸੀ ਕਿ ਯਾਰ ਮੈਂ ਪਾਸ ਹੋ ਜਾਵਾਂ ਕਿਸੇ ਤਰੀਕੇ ਨਾਲ, ਮੈਨੂੰ ਕੱਢ ਨਾ ਦੇਣ, ਅਤੇ ਖਾਨ ਸਾਹਿਬ ਦਾ ਤਾਂ ਬਹੁਤ ਪੀਰੀਅਡ ਸੀ, ਉਹ ਇਹੋ ਗੱਲਾਂ ਸ਼ੁਰੂ ਹੋ ਗਈਆਂ ਜੁਗਤਾਂ ਸ਼ੁਗਤਾਂ ਹੀ, ਉਹ ਜਦੋਂ ਹੋਈਆਂ ਤਾਂ ਮੈਨੂੰ ਖਾਨ ਸਾਹਿਬ ਨੇ ਫੜ ਲਿਆ, ਅਤੇ ਮੈਨੂੰ ਕੋਈ ਤੀਲਾ ਚੁੱਕ ਕੇ ਮੇਰੇ ਸਿਰ 'ਤੇ ਰੱਖਿਆ, ਕਹਿੰਦੇ ਦੱਸ ਢਾੜੀ, ਮੈਂ ਵੀ ਢਾੜੀ ਕੀ ਹੁੰਦਾ, ਕਹਿੰਦੇ ਉਹ ਅਸੀਂ ਹੁੰਦੇ ਹਾਂ ਅਤੇ ਤੁਸੀਂ ਹੁੰਦੇ ਹਾਂ, ਠੀਕ ਹੈ। ਮੈਨੂੰ ਮੌਕਾ ਮਿਲ ਗਿਆ, ਖਾਨ ਸਾਹਿਬ ਨੇ ਖੁਸ਼ ਹੋ ਗਏ ਯਾਰ ਮੁੰਡਾ ਠੀਕ ਹੈ, ਵਾਹ ਡਰਾਮੇ 'ਚ ਰੱਖੋ। ਸ਼ੁਕਰ ਪਹਿਲਾਂ ਜਿਹੜਾ ਆਰਟਸ ਕੌਂਸਲ ਦੌਲਤ ਕੇ ਦੀਵਾਨੇ ਉਸ ਡਰਾਮੇ ਦਾ ਨਾਂ ਸੀ, ਉਹਦੇ ਰਾਈਟਰ ਜਿਹੜੇ ਸਨ ਉਹ ਡਾਇਰੈਕਟਰ ਸਾਜਿਦ ਜਸਦਾਨੀ ਸਾਹਿਬ ਸਾਡੇ ਬੜੇ ਸੀਨੀਅਰ ਸਾਫੀ ਨੇ, ਉਹ ਸਨ, ਅਤੇ ਉਹਨਾਂ ਨੇ ਮੌਕਾ ਦਿੱਤਾ। ਫਿਰ ਉੱਥੇ ਮੈਂ ਸਾਨਾ ਸਾਹਿਬ ਨਾਲ ਮੁਲਾਕਾਤ ਹੋ ਗਈ, ਉਹ ਫਿਰ ਮੇਰੀ ਖੁਸ਼ ਨਸੀਬੀ ਇਹ ਰਹੀ ਕਿ ਜਿਹੜੇ ਵੀ ਆਰਟਿਸਟ ਲਾਹੌਰੋਂ ਜਾਂਦੇ ਸਨ ਕੰਮ ਕਰਨ ਲਈ, ਅਤੇ ਉਹ ਬੜੇ ਖੁਸ਼ ਹੁੰਦੇ ਸਨ, ਮਤਲਬ ਉਹ ਅੱਜ ਦਾ ਸੀਨੀਅਰ ਨਹੀਂ ਸੀਗਾ, ਵਾਹ, ਉਹ ਸੀਨੀਅਰ ਸਨ ਜਿਹੜੇ ਸੱਚੀ ਮੁੱਚ ਖੁਸ਼ ਹੁੰਦੇ ਸਨ। ਉਹ ਮੈਨੂੰ ਇਹ ਕਹਿੰਦੇ ਹੁੰਦੇ ਸੀ ਯਾਰ ਤੂੰ ਲਾਹੌਰ ਆ ਜਾ, ਆਏ ਹਾਏ ਡਰੇ ਨਹੀਂ ਕਿਹਾ ਕਿ ਲਾਹੌਰ ਆ ਜਾ, ਲਾਹੌਰ ਆ ਜਾ, ਲਾਹੌਰ ਆ ਕੇ ਕੰਮ ਕਰ, ਤੂੰ ਫੈਸਲਾਬਾਦ ਤੋਂ ਨਿਕਲ ਲਾਹੌਰ ਆ ਜਾ ਲਾਹੌਰ, ਤਾਂ ਮੈਂ ਫੈਸਲਾਬਾਦ ਤੋਂ ਨਿਕਲ ਲੈਂ, ਮਤਲਬ ਮੈਨੂੰ ਲੱਗਦਾ ਕਿ ਯਾਰ ਲਾਹੌਰ ਤਾਂ ਬਹੁਤ ਵੱਡਾ ਲਾਹੌਰ ਹੈ, ਹਾਂਜੀ ਹਾਂਜੀ, ਜਿੱਥੇ ਤੇ ਜਿਹੜੇ ਸ਼ਾਹਕਾਰ ਬੈਠੇ ਨੇ ਉੱਥੇ ਮੈਂ ਕੀ ਜਾ ਕੇ ਕਰਨਾ। ਉਹ ਫਿਰ ਮੇਰੇ ਉਸਤਾਦ ਮੋਹਤਰਮ ਜਿਹੜੇ ਨੇ ਮਸਤਾਨਾ ਸਾਹਿਬ, ਤਾਰਕ ਜਵੇਦ ਸਾਹਿਬ ਸਿਕਰੇ, ਆਮੀਨ, ਮਸਤਾਨਾ ਸਾਹਿਬ ਕਹਿੰਦਾ ਮੈਨੂੰ ਨਾਰਾਜ਼ ਹੋ ਗਏ ਲਾਹੌਰ ਨਾ ਆਉਣ ਤੋਂ। ਉਹ ਫਿਰ ਮੈਂ ਗੁਜਰਾਲੇ ਜਾ ਕੇ ਉਹਨਾਂ ਕੋਲੋਂ ਮਦਦ ਕੀਤੀ, ਮੈਂ ਜੀ ਮੈਂ ਆ ਜਾਵਾਂਗਾ, ਵਕਤ ਬਣ ਗਿਆ ਤਾਂ ਮੈਂ ਇਨਸ਼ਾ ਅੱਲਾ ਜ਼ਰੂਰ ਹਾਜ਼ਰ ਹੋ ਜਾਵਾਂਗਾ ਤੁਹਾਡੀ ਗੱਲ ਸਿਰ ਮੱਥੇ 'ਤੇ। ਫਿਰ ਇਸ ਤਰ੍ਹਾਂ ਕਿ ਤਾਰਕ ਜਵੇਦ ਸਾਹਿਬ, ਉਹ ਬੱਚੇ ਸਨ, ਅਸੀਂ ਛੋਟੇ ਸਾਂ, ਅਕਲ ਨਹੀਂ ਸੀਗੀ, ਅਤੇ ਉਹ ਜਦੋਂ ਲੈ ਕੇ ਆਏ ਨੇ ਲਾਹੌਰ ਮੈਨੂੰ, ਅਤੇ ਉਹਨਾਂ ਨੇ ਸਾਰੇ ਵੱਡੇ ਵੱਡੇ ਆਰਟਿਸਟ ਬੈਠੇ ਸਨ, ਅਤੇ ਉਹਨਾਂ ਕਿਹਾ ਯਾਰ ਮੈਂ ਆਪਣਾ ਪੁੱਤਰ ਇੱਕ ਬੱਚਾ ਲੈ ਕੇ ਆਇਆ, ਯਾਰ ਉਹ ਜੋ ਮਰਜ਼ੀ ਕਰਾਓ, ਵਾਹ, ਤਾਰਕ ਸਾਹਿਬ ਦਾ ਕਹਿਣਾ, ਤਾਰਕ ਜਵੇਦ ਸਾਹਿਬ ਦਾ, ਉਹਨੂੰ ਟਰਾਈ ਕਰੋ, ਉਹ ਮੈਂ ਮੇਰਾ ਬੱਚਾ ਹੈਗਾ, ਮੈਂ ਉਹਨੂੰ ਤਿਆਰ ਕਰਕੇ ਲਿਆਇਆ ਵਾ। ਤੋ ਜੋ ਜਿਸ ਤਰ੍ਹਾਂ ਉਹ ਬਿਆਨ ਕਰ ਰਹੇ ਸਨ, ਅਤੇ ਮੈਂ ਕਿਹਾ ਯਾਰ ਦੇਖੋ ਨਾ ਇਹਨਾਂ ਨੂੰ ਕਿੰਨਾ ਫਖਰ ਹੈ ਮੇਰੇ 'ਤੇ, ਜਿਵੇਂ ਕੋਈ ਆਪਣੇ ਭਲਵਾਨ ਆਪਣੇ ਬੱਚੇ ਦੇ ਬਾਰੇ ਕਹਿ ਰਿਹਾ ਹੁੰਦਾ, ਖਾਲੇ 'ਚ ਲੈ ਕੇ ਉਸਤਾਦ ਆਪਣੇ ਸ਼ਿਗਰ ਦੇ ਬਾਰੇ ਕਹਿ ਰਿਹਾ ਹੁੰਦਾ, ਅਤੇ ਉਹ ਬਾਕੀ ਉਸਤਾਦ ਲੋਕ ਸਨ ਵੱਡੇ ਲੋਕ ਸਨ। ਅਤੇ ਅਲਹਮਦੁਲਿਲਾ ਫਿਰ ਆਸਤਾ ਆਸਤਾ ਜੀ ਅਸੀਂ ਲਾਹੌਰ ਸ਼ਿਫਟ ਹੋ ਗਏ, ਹੁਣ ਲਾਹੌਰ ਰਹਿੰਦੇ, ਅਸੀਂ ਇੱਥੇ ਕੰਮ ਕਰੀਦਾ, ਅਤੇ ਬੜੀ ਖੁਸ਼ੀ ਮਹਿਸੂਸ ਹੁੰਦੀ। ਮਗਰ ਉਹ ਜਿਹੜੇ ਸਾਡੇ ਸੀਨੀਅਰ ਸਨ, ਉਹਨਾਂ ਵਰਗਾ ਕੋਈ ਸੀਨੀਅਰ ਦੁਬਾਰਾ ਵਾਪਸ ਨਹੀਂ ਆਏਗਾ। ਥੈਂਕ ਯੂ, ਹੱਸਦੇ ਰਹੋ, ਮੁਸਕਰਾਉਂਦੇ ਰਹੋ, ਸਲਾਮਤ ਰਹੋ, ਅਤੇ ਨਵੀਂ ਵੀਡੀਓ ਤੱਕ ਸਰਦਾਰ ਕਮਾਲ ਸਾਹਿਬ ਨੂੰ ਅਤੇ ਨਈਮ ਸ਼ੌਕੀ ਨੂੰ ਇਜਾਜ਼ਤ ਦਿਓ। ਰੱਬ ਰੱਖ, ਹਾਲਾ ਹਾਫਿਜ਼।